ਇਟਸ ਯੂਅਰ ਬੋਡੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਡੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਆਪਾਂ ਅੱਜ ਗੱਲ ਕਰਨ ਲੱਗੇ ਹਾਂ ਕੈਨੇਡਾ ਐਕਸਪਲੋਰੇਟਿਵ ਵੀਜ਼ਾ ਬਾਰੇ। ਦੋਸਤੋ, ਇਹ ਵੀਜ਼ਾ ਉਹਨਾਂ ਸਟੂਡੈਂਟਸ ਲਈ ਹੈ ਜਿਹੜੇ 9ਵੀਂ, 10ਵੀਂ, 11ਵੀਂ ਜਾਂ 12ਵੀਂ ਕਲਾਸ ਵਿੱਚ ਪੜ੍ਹ ਰਹੇ ਆ ਤੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਆ, ਚਾਹੇ ਉਹ 1 ਮਹੀਨਾ ਹੀ ਘੱਟ ਹੋਵੇ। ਸੋ ਇਸ ਬਾਰੇ ਆਪਾਂ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ ਲੱਕੀ ਸਹਿਰਾ ਜੀ ਨਾਲ, ਜੋ ਕਿ MD ਨੇ ਅੰਬੈਸਡਰ ਐਜੂਕੇਸ਼ਨ ਐਂਡ ਟ੍ਰੈਵਲ ਹੱਬ ਜਲੰਧਰ ਦੇ। ਉਹ ਆਪਾਂ ਨੂੰ ਪੂਰੇ ਵਿਸਤਾਰ ਵਿੱਚ ਦੱਸਣਗੇ ਤੇ ਉਹ ਕੁਝ ਵੀਜ਼ਾ ਵੀ ਦਿਖਾਉਣਗੇ ਆਪਾਂ ਨੂੰ ਜਿਹੜੇ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਲਵਾਏ ਆ। ਤੇ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ, ਕਿਉਂਕਿ ਆਪਾਂ ਨੂੰ ਲੱਕੀ ਸਹਿਰਾ ਜੀ ਪੂਰੇ ਵਿਸਤਾਰ ਵਿੱਚ ਦੱਸਣਗੇ। ਤੇ ਆਓ ਦੋਸਤੋ, ਆਪਾਂ ਲੱਕੀ ਸਹਿਰਾ ਜੀ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਸਾਡੇ ਸ਼ੋਅ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੂੰਗਾ ਕਿ ਜਿਹੜਾ ਐਕਸਪਲੋਰੇਟਿਵ ਵੀਜ਼ਾ ਕੀ ਆ, ਇਹ ਕਿਸ ਤਰ੍ਹਾਂ ਦਾ ਵੀਜ਼ਾ ਜੀ? ਪਰ ਜੀ, ਇਹ ਬਹੁਤ ਵੱਡੀ ਕਾਰਡ ਹੈਗੀ ਆ ਕੈਨੇਡਾ ਐਮਬੈਸੀ ਦੀ। ਉਹ ਕਹਿੰਦਾ ਹੈਗੇ ਕਿ ਬੱਚਾ ਜੋ ਪੜ੍ਹਨ ਆ ਰਿਹਾ ਹੈਗਾ, ਪਹਿਲੋਂ ਸਾਕੋ ਆਉਣ ਸਾਡੀ ਯੂਨੀਵਰਸਿਟੀਜ਼ ਦੇਖਣ, ਕਾਲਜ ਦੇਖਣ, ਉਹਨਾਂ ਨਾਲ ਕਾਉਂਸਲਿੰਗ ਕਰਨ, ਬੱਚੇ ਟੀਚਰਸ ਨਾਲ ਉਹਨਾਂ ਦਾ ਫਾਇਦਾ ਸਮਝਣ ਕਿ ਇਹਦਾ ਆਹ ਕੋਰਸ ਕਰਕੇ ਸਾਨੂੰ ਕੈਨੇਡਾ ਦਾ ਕੀ ਫਾਇਦਾ ਹੈ। ਅਸੀਂ ਕਨਫਿਊਜ਼ ਹੁੰਦੇ ਹਾਂ ਬੱਚਿਆਂ ਦੇ ਵਿੱਚ ਕਿ ਅਸੀਂ 10ਵੀਂ 'ਚ ਸਾਇੰਸ ਲਈਏ, ਕਾਮਰਸ ਲਈਏ, ਆਰਟਸ ਲਈਏ। ਇਹ ਵੀਜ਼ਾ ਉਹ ਬੱਚਿਆਂ ਵਾਸਤੇ ਹੈਗਾ ਕਿ ਤੁਸੀਂ ਆਪਣਾ ਮਾਈਂਡਸੈਟ ਕਲੀਅਰ ਕਰ ਲਿਓ ਕਿ ਮੈਂ 12ਵੀਂ ਤੋਂ ਬਾਅਦ ਆਹ ਕੋਰਸ ਕਰਨਾ ਤੇ ਮੇਰੀ ਇਹਦਾ ਆਹ ਫਾਇਦਾ ਹੈ ਕੈਨੇਡਾ ਦੇ ਵਿੱਚ, ਤੇ ਇਹਦੇ ਨਾਲ ਕਿ ਮੈਨੂੰ ਜੋਬ ਓਪਰਚੁਨਿਟੀਜ਼ ਗਲੋਬਲੀ ਪੂਰੀਆਂ ਹੈਗੀਆਂ। ਮਤਲਬ ਕਿ ਆਪਾਂ ਪਲਾਨ ਕਰ ਸਕਦੇ ਹਾਂ, ਫਿਊਚਰ ਪਲਾਨ ਕਰ ਸਕਦੇ ਹਾਂ ਕਿ ਅਸੀਂ ਕਿਹੜਾ ਪਲੱਸ ਟੂ ਤੋਂ ਬਾਅਦ ਕੋਰਸ ਲੈ ਰਹੇ ਹਾਂ। ਤੇ ਅਸੀਂ ਪਹਿਲਾਂ ਹੀ ਬੱਚੇ ਨੂੰ ਐਕਸਪੀਰੀਅੰਸ ਦੇ ਦੇਣਾ ਕੈਨੇਡਾ ਜਾ ਕੇ ਕਿ ਜੇ ਤੂੰ 2 ਸਾਲ ਬਾਅਦ ਸੈਨਿਕਾ ਕਾਲਜ ਆਉਣਾ, ਮੌਂਟਰੀਅਲ ਆਉਣਾ, ਜਾਂ ਤੂੰ ਡਗਲਸ ਕਾਲਜ ਪੜ੍ਹਨਾ, ਤੂੰ ਕਾਲਜ ਦੇ ਪਹਿਲਾਂ ਸਿਸਟਮ ਦੇਖ ਲਾ, ਕਾਲਜ ਦੇ ਕੋਰਸਿਸ ਦੇਖ ਲਾ, ਤੇ ਕਾਲਜ ਦੇ ਟੀਚਰਸ ਨਾਲ ਮਿਲਦਾ ਕਿ ਤੈਨੂੰ ਆ ਕੋਰਸ ਪੜ੍ਹਨ ਦਾ ਫਾਇਦਾ ਹੈ। ਕਾਲਜ ਐਕਸਪਲੋਰ ਕਰਨੇ ਕੈਨੇਡਾ ਦੇ ਵਿੱਚ ਜੋ ਵੀ ਹੋਵੇ ਕਾਲਜ। ਤੇ ਸਰ ਜੀ, ਆਪਾਂ ਰਿਕੁਆਇਰਮੈਂਟ ਦੀ ਗੱਲ ਕਰੀਏ, ਜਿਵੇਂ ਤੁਸੀਂ ਕੀਤਾ ਕਿਹਾ ਕਿ 9ਵੀਂ, 10ਵੀਂ, 11ਵੀਂ ਤੇ 12ਵੀਂ ਦੇ ਬੱਚੇ ਜਾ ਸਕਦੇ ਆ, ਤੇ ਉਹਨਾਂ ਦੀ ਕੀ ਰਿਕੁਆਇਰਮੈਂਟ ਆ, ਐਲੀਜੀਬਿਲਟੀ ਕਿਸ ਤਰ੍ਹਾਂ ਦੀ ਹੋਊਗੀ ਬੱਚਾ ਜਿਹੜਾ ਜਾ ਰਿਹਾ ਜੀ? ਮੈਨੂੰ ਵਿਦਆਊਟ ਆਈਲੈਟਸ ਬੱਚਾ ਚਾਹੀਦਾ ਹੈਗਾ, ਤੇ 9ਵੀਂ, 10ਵੀਂ, 11ਵੀਂ, 12ਵੀਂ ਦੇ ਬੱਚੇ ਹੋਣ, ਤੇ ਮੈਨੂੰ ਇੱਕ NOC ਚਾਹੀਦੀ ਉਹਨਾਂ ਸਕੂਲ ਦੇ ਵਿੱਚੋਂ ਕਿ ਇਹ ਬੱਚਾ ਛੁੱਟੀਆਂ 'ਚ ਜਾ ਰਿਹਾ ਹੈਗਾ ਤਾਂ ਸਾਨੂੰ ਕੋਈ ਰੋਕ ਟੋਕ ਨਹੀਂ ਹੈਗੀ। ਪਲੱਸ ਉਹਦਾ ਇੱਕ ਕੈਰੈਕਟਰ ਸਰਟੀਫਿਕੇਟ ਚਾਹੀਦਾ। ਇਹੀ 3 ਡਾਕੂਮੈਂਟ ਲੈ ਕੇ ਮੈਂ ਇਹਨਾਂ ਦਾ ਸਾਰਾ ਵੀਜ਼ੇ ਦਾ ਸਿਸਟਮ ਵੀਜ਼ਾ ਲਵਾ ਸਕਦਾ। ਖੇਤੀਬਾੜੀ ਦੇ ਪੈਸੇ ਹੋ ਜਾਣ, ਕੋਈ ਵੀ ਬੋਰਡ ਹੋਏ, ਪੰਜਾਬ ਬੋਰਡ ਹੋਏ, CBSE ਬੋਰਡ ਹੋਏ, ਨੈਸ਼ਨਲ ਓਪਨ ਸਕੂਲ ਹੋਏ, ਪਰ ਆਈ ਵੁੱਡ ਰਿਕੁਐਸਟ
ਇਟ ਸ਼ੁੱਡ ਬੀ ਔਨ ਦਾ ਰਿਕਾਰਡਸ, ਨੋ ਫੇਕ ਡਾਕੂਮੈਂਟਸ। ਵੀਜ਼ਾ ਦੇ ਚਾਂਸਸ ਬੜੇ ਹਾਇਰ ਹੈਗੇ ਆ। ਠੀਕ ਹੈ ਜੀ। ਤੇ ਸਰ ਜਦੋਂ ਬੱਚਾ ਉੱਥੇ ਜਾਂਦਾ, ਜਿਵੇਂ ਆਪਾਂ ਗੱਲ ਕੀਤੀ ਕਿ ਬੱਚਾ 18 ਸਾਲ ਤੋਂ ਘੱਟ ਉਮਰ ਦਾ ਹੋਊਗਾ, ਮਾਈਨਰ ਹੋਊਗਾ, ਤੇ ਫਿਰ ਉਹਨਾਂ ਦੀ ਦੇਖ ਰੇਖ ਉੱਥੇ ਕੌਣ ਕਰੂਗਾ ਜੀ? ਸਰ ਇੱਦਾਂ ਹੈਗੀ ਹੈ, ਐਸੋਸੀਏਸ਼ਨ ਹੈਗੀ ਆ ਇੱਕ, ਕਿਉਂਕਿ ਬੱਚਾ ਹੈਗਾ ਮਾਈਨਰ 18 ਸਾਲ ਤੋਂ, ਕੋਈ ਗਾਰੰਟੀ ਭਰਦਾ ਹੈਗਾ। ਤੇ ਜਿਹੜਾ ਬੰਦਿਆਂ ਨੇ ਇਹ ਸਾਰੇ ਸਕੂਲ ਜਾਂ ਯੂਨੀਵਰਸਿਟੀਜ਼ ਉਹਨਾਂ ਨੂੰ ਦਿਖਾਣੇ ਹੈਗੇ, ਉਹ ਗਾਰੰਟੀ ਭਰ ਕੇ ਉਹ ਆਪ ਹੀ ਸਾਰਾ ਕੁਛ ਕਰਾ ਕੇ ਇਹਨਾਂ ਨੂੰ ਦੱਸੂਗੇ। ਸਰ ਤੁਸੀਂ ਗੱਲ ਕੀਤੀ ਗਾਰੰਟੀ ਭਰਦਾ, ਹੁਣ ਮੰਨ ਲਓ ਮੇਰਾ ਉੱਥੇ ਕੈਨੇਡਾ ਦੇ ਵਿੱਚ ਕੋਈ ਨਹੀਂ ਗਾ ਨਾ, ਤੇ ਮੇਰੀ ਗਾਰੰਟੀ ਕੌਣ ਭਰੂਗਾ ਉੱਥੇ ਜਾਂ ਬੱਚਾ ਜਾ ਰਿਹਾ? ਉਹ ਸਕੂਲ ਵਾਲੇ ਭਰੂਗੇ, ਸਕੂਲ ਵਾਲੇ ਭਰੂਗੇ, ਜਿਹੜੀ ਐਸੋਸੀਏਸ਼ਨ ਅਸੀਂ ਕੰਮ ਕਰੇ ਉਹ ਭਰੂਗੇ। ਇਹਦੇ ਵਿੱਚ ਗਾਰੰਟੀ ਦੇ ਵਿੱਚ ਆਹ ਹੁੰਦਾ ਹੈਗਾ ਕਿ ਬੱਚਾ ਜੇ ਉਹਨੂੰ ਕੋਈ ਪ੍ਰੋਬਲਮ ਆਉਂਦੀ, ਮੈਡੀਕਲ ਹੈਲਥ ਸਾਰਾ ਕੁਛ, ਤੇ ਉਹ ਸਾਰਾ ਉਹਨੂੰ ਦੇਖ ਰੇਖ ਕਰਕੇ ਉਹਨੂੰ ਇੰਡੀਆ ਜ਼ਰੂਰ ਭੇਜਦੇ ਆ। ਜਾਣ ਤੋਂ ਪਹਿਲਾਂ ਅਸੀਂ ਬੱਚੇ ਦੇ ਇੱਥੇ ਮੈਡੀਕਲ ਇੰਸ਼ੋਰੈਂਸ ਅਤੇ ਟਰੈਵਲ ਇੰਸ਼ੋਰੈਂਸ ਵੀ ਕਰਾ ਕੇ ਭੇਜਦੇ ਕਿ ਸਾਨੂੰ ਵੀ ਕਦੀ ਪ੍ਰੋਬਲਮ ਨਾ ਆਵੇ, ਅਤੇ ਪੇਰੈਂਟਸ ਜਿਹੜੇ ਬੱਚੇ ਨੇ ਭੇਜਿਆ ਉਹਨੂੰ ਵੀ ਕਦੀ ਪ੍ਰੋਬਲਮ ਨਾ ਆਵੇ। ਸੋ ਆਹ ਅਸੀਂ ਸਾਰਾ ਕੁਛ ਦੇਖ ਰੇਖ ਕਰਕੇ ਬੱਚੇ ਦਾ ਬੜਾ ਧਿਆਨ ਰੱਖ ਕੇ ਅਤੇ ਉਹਨੂੰ ਭੇਜ। ਹਾਂਜੀ। ਅਤੇ ਸਰ ਕਿੰਨੇ ਟਾਈਮ ਲਈ ਆਪਾਂ ਨੂੰ, ਕਿੰਨਾ ਸਮੇਂ ਦਾ ਵੀਜ਼ਾ ਮਿਲਦਾ ਜੀ? ਇਹ ਵੀਜ਼ਾ ਜਿੰਨਾ ਪਾਸਪੋਰਟ ਦੀ ਮਨਿਆਦ ਆ ਉਨਾ ਹੈਗਾ। ਤੇ ਬੱਚਾ ਜਦੋਂ ਇੱਕ ਵਾਰੀ ਜਾ ਰਿਹਾ, ਮੰਨ ਲਓ ਇੱਥੋਂ ਕੈਨੇਡਾ ਜਾ ਰਿਹਾ, ਜੋ ਕਿੰਨਾ ਸਮਾਂ ਉੱਥੇ ਰਹਿ ਸਕਦਾ ਕਿ ਜਿੰਨਾ ਜਿਵੇਂ ਹੁਣ ਆਪਾਂ ਦੇਖਦੇ ਹਾਂ ਵਿਜ਼ਟਰ ਵੀਜ਼ੇ ਦੇ ਵਿੱਚ 6 ਮਹੀਨੇ ਵੱਧ ਤੋਂ ਵੱਧ ਰਹਿ ਸਕਦਾ ਹੁੰਦਾ? ਮੈਂ ਜਿਹੜਾ ਬੱਚਾ ਪਿਛਲੇ ਸਾਲ ਭੇਜਿਆ ਸੀਗਾ, ਉਹਨੇ ਮਤਲਬ ਉੱਥੇ ਜਾ ਕੇ ਆਪਣਾ ਸਕੂਲਿੰਗ ਵੀਜ਼ਾ 'ਚ ਟ੍ਰਾਂਸਫਰ ਕਰ ਲਿਆ। ਇਸ ਸਾਲ ਉਹਦੇ 12ਵੀਂ ਹੋ ਰਹੀ ਅਤੇ ਅਗਲੇ ਸਾਲ ਉਹਨੇ ਆਪਣੇ ਕਾਲਜ 'ਚ ਐਡਮਿਸ਼ਨ ਲੈ। ਸਰ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ, ਜੋ ਵੀਜ਼ਾ ਤੁਸੀਂ ਲਵਾਇਆ ਸੀ, ਕਿਉਂਕਿ ਸਾਡੇ ਸਰੋਤਿਆਂ ਨੂੰ ਯਕੀਨ ਹੋ ਸਕੇ, ਬਹੁਤੇ ਸੋਚਦੇ ਕਿ ਸ਼ਾਇਦ ਇਹ ਵੈਸੇ ਹੀ ਗੱਲਾਂ, ਤੁਸੀਂ ਦਿਖਾਓ। ਸਰ ਆਹ ਹੈਗਾ ਵੀਜ਼ਾ ਜੋ ਪਿਛਲੇ ਸਾਲ ਲੱਗਾ ਸੀਗਾ, ਤੇ ਉਹ ਲੱਗਾ। ਬੱਚੇ ਦਾ ਨਾਮ ਕੀ ਹੈ ਸਰ? ਬੱਚੇ ਦਾ ਨਾਮ ਹੈਗਾ ਮਨਿੰਦਰ ਸਿੰਘ, ਤੇ ਇਹ ਪਿਛਲੇ ਸਾਲ ਅਗਸਤ 'ਚ ਲੱਗਿਆ 2018 ਤੱਕ। ਔਰ ਜਿੰਨੇ ਦੀ ਪਾਸਪੋਰਟ ਦੇ, ਸਰ ਕਿਹੜੀ ਕਲਾਸ ਦਾ ਬੱਚਾ ਹੈ ਤੁਹਾਨੂੰ ਯਾਦ? ਸਰ ਇਹ 11ਵੀਂ 'ਚ ਸੀ। ਆਪਾਂ ਜੇ 9ਵੀਂ 10ਵੀਂ 11ਵੀਂ 12ਵੀਂ ਜਾਂਦੇ ਹਾਂ ਤਾਂ ਆਪਾਂ ਚੈੱਕ ਵੀ ਕਰ ਸਕਦੇ ਹਾਂ ਕਿ ਉੱਥੇ ਕੀ ਮਾਹੌਲ ਆ, ਸਾਡਾ ਦਿਲ ਲੱਗੂਗਾ ਜਾਂ ਨਾ ਲੱਗੂਗਾ। ਹਾਂਜੀ, ਕਿਉਂ ਬਾਅਦ 'ਚ ਅਸੀਂ ਆਪਣੇ ਪੇਰੈਂਟਸ ਦੇ ਪੈਸੇ ਖਰਾਬ ਕਰਨ ਨਾਲੋਂ ਕਿ ਮੇਰਾ ਦਿਲ ਨਹੀਂ ਲੱਗ ਰਿਹਾ, ਮੈਂ ਹੁਣ ਇੱਥੇ ਆ ਗਿਆ ਕਿ ਮੇਰੀ ਪੜ੍ਹਾਈ ਬੜੀ ਔਖੀ ਹੈ, ਜੇ ਮੈਂ ਗ੍ਰੈਜੂਏਸ਼ਨ ਕਰਕੇ ਇੰਡੀਆ ਤੋਂ ਜਾਂਦਾ ਤੇ ਮੇਰੀ ਲਾਈਫ ਥੋੜੀ ਸੌਖੀ ਹੋਣੀ ਸੀ। ਇਹ ਸਾਰੇ ਦਿਮਾਗ ਦੇ ਵਿੱਚ ਹੈਗੇ ਆ, ਲਾਈਫ ਸਟਾਈਲ 'ਚ ਮੈਂ ਐਡਜਸਟ ਕਰ ਸਕਦਾ, ਤੇ ਮਿਹਨਤ ਮੈਨੂੰ ਓਨੀ ਨਹੀਂ ਕਰਨੀ ਪੈਂਦੀ ਜਿੰਨੀ ਮੈਨੂੰ ਇੰਡੀਆ 'ਚ ਕਰਨੀ ਪੈਂਦੀ ਹੈ। ਸਾਰਾ ਡਾਊਟ ਸਰ ਇੱਥੇ ਜੇ ਇੱਕ ਸਵਾਲ ਤੁਹਾਨੂੰ ਹੋਰ ਪੁੱਛਾਂ, ਇਹਦਾ ਪਲੱਸ ਪੁਆਇੰਟ ਜਾਂ ਬੈਨੀਫਿਟ ਆਪਾਂ ਜੇ ਮੰਨੀਏ ਤਾਂ ਕੀ ਹੋਊਗਾ? ਮੰਨ ਲਓ ਮੈਂ ਅੱਜ 12ਵੀਂ ਕਲਾਸ 'ਚ ਜਾਂ 11ਵੀਂ 'ਚ ਹਾਂ, ਤੇ ਮੇਰੀ ਪਲੱਸ 2 ਪੂਰੀ ਹੋਣ ਤੋਂ ਬਾਅਦ ਵੀ ਮੈਂ ਜਾ ਸਕਦਾ ਸੀ, ਪਰ ਜੇ ਹੁਣ ਮੇਰੀ ਪਲੱਸ 2 ਅਜੇ ਪੂਰੀ ਨਹੀਂ ਹੋਈ ਤਾਂ ਮੈਨੂੰ ਇਹਦਾ ਕੋਈ ਬੈਨੀਫਿਟ ਮਿਲੂਗਾ? ਆਈਲਟਸ ਵਿੱਚ ਮੈਨੂੰ ਕੁਛ ਮਿਲੂਗਾ ਜਾਂ ਕੁਛ ਕਿੱਦਾਂ ਦਾ, ਸਾਨੂੰ ਦੱਸੋ ਜੀ। ਇਹਦਾ ਬੈਨੀਫਿਟ ਆਹ ਹੈਗਾ ਕਿ ਆਈਲਟਸ ਤੋਂ ਬੱਚੇ ਨੂੰ ਕਰਨੀ ਨਹੀਂ ਪੈਣੀ। ਦੂਜੀ ਗੱਲ ਕਿ ਜਦੋਂ ਇੱਥੋਂ ਜਾਂਦਾ ਹੈਗਾ, ਜੇ ਉੱਥੇ ਕੰਟੀਨਿਊ ਕਰ ਲੈਂਦਾ ਆਪਣਾ 12th ਬੋਰਡ, ਉਹਦੇ ਵਿੱਚ ਓਨਟੈਰੀਓ ਬੋਰਡ ਦੇ ਵਿੱਚ ਇਹਨੂੰ ਸਪੈਸ਼ਲ ਮਾਰਕਸ ਮਿਲਣੇ, 5 ਨੰਬਰ ਮਾਰਕਸ ਫੋਰ ਹਿਸ PR। ਠੀਕ ਹੈ। ਬਿਕੋਜ਼ ਉਹ ਬੱਚਾ ਓਨਟੈਰੀਓ ਬੋਰਡ ਤੋਂ ਪੜ੍ਹਿਆ ਹੈਗਾ ਤੇ ਉਹਨੂੰ ਕਾਲਜ 'ਚ ਐਡਮਿਸ਼ਨ ਵੀ ਬੜੀ ਸੌਖੀ ਮਿਲ ਜਾਂਦੀ ਹੈਗੀ। ਠੀਕ ਹੈ। ਸੋ ਇਹ ਵੀਜ਼ਾ ਉਹ ਬੱਚਿਆਂ ਵਾਸਤੇ ਹੈਗਾ ਕਿ ਜਿਹਨਾਂ ਨੂੰ ਦਿਮਾਗ 'ਚ ਸ਼ੰਕਾ ਹੈਗੀ ਕਿ ਮੇਰੇ ਕੋਲ ਆਈਲੈਟਸ ਉਨੇ ਬੈਂਡ ਨਹੀਂ ਆਉਣੇ, ਪਰ ਮੈਂ ਇੱਕ ਵਾਰੀ ਆਪਣਾ ਕੈਨੇਡਾ ਵੀਜ਼ਾ ਲਗਾ ਕੇ ਰੱਖ ਲੈਂਦਾ ਹੈਗਾ, ਜੇ ਉਹ ਵਾਪਸ ਵੀ ਆ ਜਾਂਦੇ ਹੈਗੇ ਆਪਣੀ ਪੜ੍ਹਾਈ ਇੱਥੇ ਕਰਕੇ ਫਿਰ ਵੀ ਜਾਂਦੇ, ਜਿੰਨੀ ਪਾਸਪੋਰਟ ਦੀ ਮਨਿਆਦ ਹੈਗੀ ਹੈ ਉਨਾ ਵੀਜ਼ਾ ਲੱਗੂਗਾ, ਤੇ ਉਹ ਤੋਂ ਬਾਅਦ ਉੱਥੇ ਜਾ ਕੇ ਆਪਣੀ ਆਫਰ ਲੈਟਰ ਜਿੱਥੋਂ ਵੀ ਮਿਲਵਾ ਕੇ ਐਂਟਰੈਂਸ ਟੈਸਟ ਕਾਲਜ 'ਚ ਦੇ ਕੇ ਤੇ ਆਪਣਾ ਦਾਖਲਾ ਕੰਟੀਨਿਊ ਕਰ ਸਕਦੇ ਕੈਨੇਡਾ ਦੇ। ਸੋ ਸਰ ਜਿਵੇਂ ਤੁਸੀਂ ਇਸ ਵੀਜ਼ੇ ਆਪਾਂ ਵਿੱਚ ਹੋਰ ਗੱਲ ਕਰੀਏ, ਜਿਵੇਂ ਐਕਸਪਲੋਰੇਟਿਵ ਵੀਜ਼ਾ ਜਿਹੜਾ ਬੱਚਾ ਗਿਆ, ਉਹ ਮੰਨ ਲਓ 2 ਮਹੀਨੇ ਹੋ ਗਏ ਉਹਨੂੰ ਕੈਨੇਡਾ ਵਿੱਚ ਗਏ ਨੂੰ, ਕੀ ਉਹਦੇ ਪੇਰੈਂਟਸ ਆ ਉਹ ਮਗਰ ਉਹਦੇ ਜਾ ਸਕਦੇ ਆ ਉੱਥੇ ਜੀ, ਬੁਲਾ ਸਕਦਾ ਉਹਨੂੰ? ਹਾਂਜੀ, ਨਹੀਂ ਪੇਰੈਂਟਸ ਉਹਨੂੰ ਦੇਖਣ ਜ਼ਰੂਰ ਜਾ ਸਕਦੇ, ਉਹ ਬੁਲਾ ਨਹੀਂ ਸਕਦਾ ਬੱਚਾ, ਪਰ ਉਹਨੂੰ ਦੇਖਣ ਜ਼ਰੂਰ ਜਾ ਸਕਦੇ ਕਿਉਂਕਿ ਬੱਚਾ ਮਾਈਨਰ ਹੁੰਦਾ, ਤੇ ਪੇਰੈਂਟਸ ਇੱਥੋਂ ਜਾ ਕੇ ਡੈਫੀਨੇਟਲੀ ਵੀਜ਼ਾ ਲੈ ਸਕਦੇ। ਮਤਲਬ ਵੀਜ਼ਾ ਮਿਲ ਸਕਦਾ ਉਹਨਾਂ ਨੂੰ, ਵੀਜ਼ਾ ਜ਼ਰੂਰ ਮਿਲ ਸਕਦਾ ਕਿਉਂਕਿ
ਬੱਚੇ ਦਾ ਜਦੋਂ ਸਕੂਲ ਚ ਸ਼ਿਫਟ ਹੋਣਾ ਹੈਗਾ ਤੇ ਬੱਚੇ ਦਾ ਉਹ ਜਾ ਕੇ ਦੇਖ ਸਕਦਾ ਬੱਚੇ ਦਾ ਰਹਿਣ ਸਹਿਣ ਕਿੱਦਾਂ ਹੈਗਾ, ਕੀ ਸਟੈਂਡਰਡਸ ਹੈਗੇ, ਤੇ ਪੇਰੈਂਟਸ ਨੂੰ ਵੀ ਐਡਵਾਂਟੇਜ ਹੈਗਾ ਸਰ। ਇਸ ਤਰ੍ਹਾਂ ਦਾ ਵੀਜ਼ਾ ਕਿੰਨੇ ਸਮੇਂ ਚ ਮਿਲ ਜਾਂਦਾ? ਮੰਨ ਲਓ ਅੱਜ ਬੱਚਾ 9th ਕਲਾਸ ਦੇ ਵਿੱਚ ਆ, ਜੇ ਉਹ ਅਪਲਾਈ ਕਰਦਾ ਕਿੰਨੇ ਸਮੇਂ ਬਾਅਦ ਵੀਜ਼ਾ ਆਉਣ ਦੀ ਆਪਾਂ ਨੂੰ ਉਮੀਦ ਹੁੰਦੀ ਹੈ? ਸਰ ਹੁਣ ਅਗਲਾ ਬੈਚ ਹੈਗਾ ਜਿਹੜਾ ਹੁਣ ਸਾਡਾ ਜਾਣਾ ਜੁਲਾਈ ਦੇ ਵਿੱਚ ਹੈਗਾ। ਅੱਛਾ, ਤੇ ਸਾਡਾ ਇੱਦਾਂ ਹੈਗਾ ਕਿ ਐਕਸਪਲੋਰੇਟਿਵ ਵੀਜ਼ਾ ਦੇ ਵਿੱਚ ਈਚ 10-10 ਦਾ ਬੈਚ ਬਣਾ ਕੇ ਭੇਜ ਰਿਹਾ, ਕਿਉਂਕਿ ਛੋਟਾ ਬੈਚ ਆ, ਕੰਟਰੋਲਡ ਹੋ ਜਾਂਦਾ, ਬੱਚਿਆਂ ਦੀ ਦੇਖ ਰੇਖ ਵੀ ਪ੍ਰੋਪਰ ਹੁੰਦੀ ਹੈ। ਠੀਕ ਹੈ ਜੀ ਸਰ, ਆਪਾਂ ਇੱਕ ਵਾਰ ਫਿਰ ਖਰਚ ਦੀ ਗੱਲ ਕਰੀਏ, ਟੋਟਲ ਤੁਸੀਂ ਲਾਓਗੇ ਪੂਰੀ ਫੀਸ ਨੂੰ ਕਿੰਨੀ ਬੱਚੇ ਨੂੰ ਪੇ ਕਰਨੇ ਪੈਂਦੇ ਜਾਂ ਪੈਸੇ ਪੇ ਕਰਨੇ? ਟਿਊਸ਼ਨ ਫੀਸ ਹੈਗੀ ਆ ਉੱਧਰ ਜਦੋਂ 12ਵੀਂ 11ਵੀਂ ਦੀ ਕਰਦੇ ਹੈਗੇ ਆ, ਉਹ ਹੈਗੀ ਆ $18,000। ਅੱਛਾ ਜੀ, ਠੀਕ ਹੈ। ਉਸ ਤੋਂ ਬਾਅਦ ਹੋਸਟਲ ਦਾ ਖਰਚਾ ਐਕਸਟਰਾ ਹੈਗਾ, ਬਟ ਜੇ ਪੇਰੈਂਟਸ ਕਹਿੰਦੇ ਕਿ ਮੇਰੇ ਕੋਲ ਰਿਸ਼ਤੇਦਾਰ ਰਹਿੰਦੇ, ਬੱਚਾ ਉੱਥੇ ਰਹਿਣਾ ਚਾਹੁੰਦਾ, ਫਿਰ ਜਿੱਥੇ ਬੱਚਾ ਰਹੂਗਾ ਉਹ ਗਾਰੰਟੀ ਭਰੂਗੇ ਤੇ ਬੱਚਾ ਸਕੂਲ ਦੀ ਪੜ੍ਹਾਈ ਕਰ ਸਕਦਾ। ਸਰ ਤੁਸੀਂ ਬਹੁਤ ਹੀ ਵਿਸਤਾਰ ਵਿੱਚ ਜਾਣਕਾਰੀ ਦਿੱਤੀ, ਥੈਂਕ ਯੂ ਸੋ ਮਚ। ਸੋ ਦੋਸਤੋ, ਮੈਂ ਤੁਹਾਨੂੰ ਕਹਾਂਗਾ ਕਿ ਜੇਕਰ ਤੁਸੀਂ ਵੀ ਐਕਸਪਲੋਰੇਟਿਵ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹਾਂ ਤਾਂ ਤੁਸੀਂ ਅੰਬੈਸਡਰ ਐਜੂਕੇਸ਼ਨ ਐਂਡ ਟਰੈਵਲ ਹੱਬ ਜਲੰਧਰ ਤੇ ਇੱਕ ਵਾਰ ਵਿਜ਼ਿਟ ਕਰੋ। ਇਹਨਾਂ ਦੇ ਕੰਟੈਕਟ ਨੰਬਰ ਵੀ ਦਿੱਤੇ, ਤੁਸੀਂ ਸਾਰਿਆਂ ਨਾਲ ਗੱਲਬਾਤ ਕਰ ਸਕਦੇ ਹਾਂ। ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਵੀਜ਼ਾ ਹੋਰ ਏਜੰਟ ਨਹੀਂ ਪ੍ਰੋਵਾਈਡ ਕਰ ਰਹੇ ਹਨ। ਬਹੁਤ ਹੀ ਵਧੀਆ ਸਰ ਨੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਆ। ਜੇ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਨਾਲ ਦੀ ਨਾਲ ਇਸ ਵੀਡੀਓ ਬਾਰੇ ਤੁਹਾਡੀ ਕੀ ਰਾਏ ਆ ਕਮੈਂਟਾਂ ਵਿੱਚ ਜ਼ਰੂਰ ਦਿਓ। ਨਾਲ ਦੀ ਨਾਲ ਦੋਸਤੋ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਇਸ ਵੀਜ਼ਾ ਬਾਰੇ ਜਾਣ ਸਕਣ। ਸੋ ਜੀ, ਮਿਲਦੇ ਕਿਸੇ ਹੋਰ ਵੀਡੀਓ ਨਾਲ। ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ ਜੀ।